ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਸਾਰਿਆਂ ਨੂੰ। ਮੈਂ ਐਨਟੀਟੀ ਫਰੈਸ਼ਰ, ਜਿੱਦਾਂ ਕਿ ਸਾਥੀਓ ਤੁਹਾਨੂੰ ਪਤਾ ਹੀ ਆ, ਸਵੇਰ ਤੋਂ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜਿਹੜਾ ਹਾਈ ਕੋਰਟ ਵਾਲਾ 8893 ਨੂੰ ਅਸੀਂ ਚੈਲੰਜ ਕੀਤਾ ਹਾਈ ਕੋਰਟ ਦੇ ਅੰਦਰ, ਔਰ ਸਾਡੇ ਵੱਲੋਂ ਅਲੱਗ ਅਲੱਗ ਤਰੀਕੇ ਦੇ ਕੇਸ ਲਗਾਏ ਗਏ ਆ। ਉਹ ਨੋਟਿਸ ਕਾਫੀ ਵਾਇਰਲ ਹੋ ਰਹੇ ਆ ਸੋਸ਼ਲ ਮੀਡੀਆ ਦੇ ਉੱਤੇ। ਸਾਥੀਓ, ਉਹਦੇ ਬਾਰੇ ਹੀ ਮੈਂ ਤੁਹਾਡੇ ਨਾਲ ਗੱਲ ਕਰਨ ਵਾਸਤੇ ਆਈ ਹਾਂ। ਉਹ ਨੋਟਿਸ ਬਿਲਕੁਲ ਸੱਚੇ ਆ, ਅਤੇ ਸਾਡੇ ਵੱਲੋਂ 8893 ਨੂੰ ਜਿਹੜਾ ਹਾਈ ਕੋਰਟ ਦੇ ਵਿੱਚ ਅਲੱਗ ਅਲੱਗ ਕੇਸ ਲਗਾ ਕੇ ਜਿਹੜਾ ਉਹ ਚੈਲੰਜ ਕਰ ਦਿੱਤਾ ਗਿਆ ਆ, ਅਤੇ ਸਾਡੇ ਜਿਹੜੇ ਵਕੀਲ ਆ ਉਹ ਜਿਹੜੇ ਆਪਣੇ ਪੱਖ ਆ ਉਹ ਰੱਖ ਰਹੇ ਆ। ਸਾਥੀਓ, ਮੈਂ ਇੱਥੇ ਤੁਹਾਨੂੰ ਇਹ ਦੱਸ ਦੇਣਾ ਚਾਹੁੰਦੀ ਹਾਂ, ਇਹ ਸਾਡੇ ਕੇਸ ਦੀ ਚੌਥੀ ਸੁਣਵਾਈ ਸੀ, ਅਤੇ 4 ਸੁਣਵਾਈਆਂ ਦੇ ਵਿੱਚ ਜਿਹੜਾ ਸੀ ਸਰਕਾਰ ਵੱਲੋਂ ਵਕੀਲ ਭੇਜਿਆ ਗਿਆ ਸੀ, ਸਾਡੇ ਵਕੀਲ ਸੀਗੇ ਅਤੇ ਸਰਕਾਰ ਵੱਲੋਂ ਵਕੀਲ ਭੇਜਿਆ ਗਿਆ ਸੀ, ਜਿਨ੍ਹਾਂ ਨੇ ਆਪਣੇ ਆਪਣੇ ਜਿਹੜੇ ਸੀ ਉਹ ਪੱਖ ਰੱਖੇ। ਦੂਸਰੇ ਪਾਸੇ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦੀ ਹਾਂ ਕਿ ਵਲੰਟੀਅਰਾਂ ਦੇ ਜਿਹੜੇ ਆਗੂ ਆ ਉਹ ਦਾਅਵਾ ਕਰ ਰਹੇ ਆ ਜੀ ਇਹ ਸਾਡੀ ਪਹਿਲੀ ਸੁਣਵਾਈ ਸੀ, ਇੱਥੇ ਹੀ ਜਿਹੜਾ ਇਹਨਾਂ ਦਾ ਝੂਠ ਸਾਹਮਣੇ ਆ ਗਿਆ। ਇਹ ਨਹੀਂ ਜੀ, ਇਹ ਸਾਡੀ ਚੌਥੀ ਸੁਣਵਾਈ ਸੀ। ਇਹ ਜਿਹੜੇ ਸਵੇਰੇ ਸਾਡੇ ਸੋਸ਼ਲ ਮੀਡੀਆ ਦੇ ਉੱਤੇ ਨੋਟਿਸ ਵਾਇਰਲ ਹੋਏ ਆ ਹਾਈ ਕੋਰਟ ਵਾਲੇ, ਉੱਤੋਂ ਹੀ ਇਹਨਾਂ ਨੂੰ ਪਤਾ ਲੱਗਾ ਹੈ ਕਿ ਇਹਨਾਂ ਦੇ ਉੱਤੇ ਕੋਈ ਕੇਸ ਵੀ ਹੋਇਆ ਆ, ਇੱਥੋਂ ਹੀ ਇਹਨਾਂ ਦਾ ਝੂਠ ਜਿਹੜਾ ਉਹ ਸਾਹਮਣੇ ਆ ਗਿਆ। ਦੂਸਰਾ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦੀ ਹਾਂ ਕਿ ਇਹ ਕਹਿੰਦੇ ਆ ਜੀ ਸਾਡੇ 3 ਵਕੀਲ ਜਿਹੜੇ ਉਹ ਹਾਈ ਕੋਰਟ ਪਹੁੰਚੇ ਸੀ ਡਿਫੈਂਡ ਕਰਨ ਲਈ, ਇਹ ਸਰਾਸਰ ਬਿਲਕੁਲ ਝੂਠ ਆ। ਇਹਨਾਂ ਨੇ ਇਹਨਾਂ 3 ਵਕੀਲਾਂ ਦੇ ਨਾਂ 'ਤੇ ਹੀ ਆਪਣੇ ਕੇਡਰ ਤੋਂ ਫੰਡ ਇਕੱਠਾ ਕੀਤਾ ਆ, ਅਤੇ ਇਹਨਾਂ 3 ਵਕੀਲਾਂ ਦੇ ਨਾਮ 'ਤੇ ਜਿਹੜਾ ਇਹਨਾਂ ਨੇ ਆਪਣੇ ਘਰ ਭਰੇ ਆ। ਇਹਨਾਂ ਵੱਲੋਂ 3 ਵਕੀਲ ਕੋਈ ਨਹੀਂ ਕੀਤੇ ਗਏ ਡਿਫੈਂਡ ਕਰਨ ਲਈ, ਜੇ ਕੀਤੇ ਆ ਤਾਂ ਇਹਨਾਂ ਨੂੰ ਕਹੇ ਆਪਣੇ ਕੇਡਰ ਨੂੰ ਹੀ ਦੱਸ ਦੇਣ ਉਹਨਾਂ ਦੇ ਨਾਮ, ਜਿਹੜੇ 3 ਵਕੀਲਾਂ ਦਾ ਇਹ ਦਾਅਵਾ ਕਰ ਰਹੇ ਆ। ਦੂਸਰਾ, ਇਹਨਾਂ ਨੂੰ ਪਤਾ ਹੀ ਨਹੀਂ ਕਿ ਸਾਡੇ ਉੱਤੇ ਕੋਈ ਕੇਸ ਹੋਇਆ ਆ, ਉਹ ਤਾਂ ਸਵੇਰੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਨੋਟਿਸ ਵਾਇਰਲ ਹੋਏ ਆ ਉਹਦੇ ਜ਼ਰੀਏ ਇਹਨਾਂ ਨੂੰ ਪਤਾ ਲੱਗਾ ਕਿ ਕੋਈ ਕੇਸ ਹੋਇਆ ਪਿਆ ਇਹਨਾਂ ਦੇ ਉੱਤੇ। ਸਾਥੀਓ, ਸਰਕਾਰੀ ਵਕੀਲ ਜ਼ਰੂਰ ਸੀ, ਪਰ ਇਹਨਾਂ ਦੇ ਜਿਹੜੇ 3 ਵਕੀਲ ਸੀਗੇ ਉਹ ਕੋਈ 3 ਵਕੀਲ ਨਹੀਂ ਇਹਨਾਂ ਨੇ ਕੀਤੇ ਹੈਗੇ, ਸਰਾਸਰ ਇਹ ਬਿਲਕੁਲ ਝੂਠ ਆ, ਇਹਨਾਂ ਵੱਲੋਂ ਡਿਫੈਂਡ ਕਰਨ ਲਈ ਕੋਈ ਵੀ ਵਕੀਲ ਨਹੀਂ ਕੀਤਾ ਗਿਆ। ਦੂਜਾ, ਇਹ ਮੈਨੂੰ ਇਹ ਦੱਸ ਦੇਣ, ਇਹ ਜਿਹੜੀ ਪਹਿਲੀ ਸੁਣਵਾਈ ਕਹਿ ਰਹੇ ਆ, ਜਿਹੜੀਆਂ ਸਾਡੀਆਂ 4 ਸੁਣਵਾਈਆਂ ਹੋਈਆਂ, ਇਹ ਖੁਦ ਕਹਿ ਰਹੇ ਆ ਕਿ ਅਸੀਂ ਪਹੁੰਚਿਓ ਸੀ, ਸਾਡੇ ਵੱਲੋਂ ਪੈਰਵੀ ਕੀਤੀ ਗਈ। ਨਹੀਂ ਜੀ, ਇਹ ਕੋਈ ਵੀ ਇਹਨਾਂ ਦਾ ਆਗੂ ਜਿਹੜਾ ਸੀ ਜਾਂ ਇਹਨਾਂ ਵੱਲੋਂ ਕੋਈ ਵੀ ਭੇਜਿਆ ਗਿਆ ਬੰਦਾ ਇਹਨਾਂ 4 ਹੀਅਰਿੰਗਸ ਦੇ ਵਿੱਚ ਨਹੀਂ ਸ਼ਾਮਲ ਸੀ। ਜੇ ਸ਼ਾਮਲ ਸੀ, ਇਹਨਾਂ ਨੂੰ ਇਹ ਦੱਸ ਦਿਓ ਕਿ ਇਹ 4 ਹੀਅਰਿੰਗਸ ਜਿਹੜੀਆਂ ਹੋਈਆਂ ਕਿੱਦਾਂ ਆ, ਮੋਡ ਆਫ ਦਾ ਹੀਅਰਿੰਗਸ ਜਿਹੜਾ ਸੀ ਉਹ ਕੀ ਸੀ, ਇਹ ਦੱਸ ਦੇਣ ਇੱਕ ਵਾਰੀ ਆਪਣੇ ਸਾਥੀਆਂ ਨੂੰ। ਸਾਨੂੰ ਕੀ ਦੱਸਣਾ, ਆਪਣੇ ਸਾਥੀਆਂ ਨੂੰ ਹੀ ਦੱਸ ਦੇਣ। ਇਹ ਆਪਣੇ ਸਾਥੀਆਂ ਨੂੰ ਜਿਹੜਾ ਹੁਣ ਗੁੰਮਰਾਹ ਕਰਦੇ ਜਾ ਰਹੇ ਆ, ਹੁਣ ਇਹਨਾਂ ਨੇ ਪੱਕਾ ਫੇਰ ਮੰਗ ਚੇਂਜ ਕਰਨੀ ਆ। ਇਹਨਾਂ ਨੇ ਜੀ ਇਹ ਕਹਿਣਾ ਜੀ ਤੁਹਾਨੂੰ ਸਿੱਧੇ ਹੀ ਹੁਣ ਭਰਤੀ ਕਰਾਵਾਂਗੇ, ਸਿੱਧੇ ਪੱਕੇ ਕਰਾਵਾਂਗੇ, ਹੁਣ ਇਹਨਾਂ ਨੇ ਮੰਗਾਂ 'ਤੇ ਮੰਗਾਂ ਚੇਂਜ ਕਰਨੀਆਂ ਆ। ਇਹ ਤੁਹਾਡੇ ਸਾਹਮਣੇ ਆਜੂਗਾ, ਅੱਜ ਨਹੀਂ ਤਾਂ ਸਵੇਰੇ, ਨਹੀਂ ਤਾਂ ਸ਼ਾਮ ਤੱਕ ਤੁਹਾਡੇ ਕੋਲ ਖਬਰ ਪਹੁੰਚੀ ਸੋ ਪਹੁੰਚੀ। ਸਾਥੀਓ, ਇਹਨਾਂ ਨੇ ਜਿਹੜਾ ਇਹਨਾਂ ਦੁਆਰਾ ਕੋਈ ਵਕੀਲ ਨਹੀਂ ਕੀਤਾ ਗਿਆ, ਨਾ ਕੋਈ ਡਿਫੈਂਡ ਕਰਨ ਵਾਸਤੇ ਵਕੀਲ ਕੀਤਾ ਗਿਆ ਆ। ਹਾਂ, ਸਰਕਾਰੀ ਵਕੀਲ ਨੇ ਆਪਣਾ ਪੱਖ ਰੱਖਿਆ ਆ, ਉਹ ਤੁਹਾਨੂੰ ਮੈਂ ਦੱਸੇ ਦਿੱਤਾ ਆ। ਸਾਥੀਓ, ਇਹਨਾਂ ਵੱਲੋਂ ਤਾਂ ਆਹ ਵੀ ਕਿਹਾ ਗਿਆ ਸੀ ਕਿ ਕੋਈ ਕੇਸ ਫਾਈਲ ਨਹੀਂ ਹੁੰਦਾ ਇਸ ਅਮੈਂਡਮੈਂਟ ਦੇ ਉੱਤੇ, ਕੇਸ ਵੀ ਫਾਈਲ ਹੋਏ, ਚੈਲੰਜ ਵੀ ਕੀਤੇ ਗਏ, ਤੁਹਾਡੇ ਸਾਹਮਣੇ ਆਇਆ ਨੋਟਿਸ ਜਿਹਦੇ ਵਿੱਚ ਜਿਹੜਾ ਜਵਾਬ ਮੰਗ ਲਿਆ ਸਰਕਾਰ ਨੇ। ਜੇ ਸੈਟਿਸਫੈਕਟਰੀ ਜਵਾਬ ਨਹੀਂ ਆਉਂਦਾ ਤਾਂ ਤੁਹਾਨੂੰ ਪਤਾ ਹੈ ਕੀ ਹੋਊਗਾ। ਬਾਕੀ ਸਾਥੀਓ, ਘਬਰਾਉਣ ਦੀ ਕੋਈ ਲੋੜ ਨਹੀਂ, ਇਹਨਾਂ ਨੇ ਉਹ ਬੇਇਨਸਾਫੀ ਕਰ ਦਿੱਤੀ। ਹੁਣ ਉਹ 6-7 ਹਜ਼ਾਰ ਜਿਹੜੇ ਟੀਚਰਸ ਆ, ਜਿਹੜੇ ਆਪਣੇ ਐਨਟੀਟੀ ਪਾਸ ਆ, ਹੁਣ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਜਿਹੜਾ ਹੈ ਇਹਨਾਂ ਨੇ ਰੋਲ ਕੇ ਰੱਖ ਦਿੱਤਾ। ਹੁਣ ਇਹ ਵੈਕੈਂਸੀ, ਮੈਂ ਪਹਿਲੇ ਕਿਹਾ ਸੀ ਇਹ ਕੋਰਟ ਦੇ ਵਿੱਚ ਹੀ ਰੁਲਣਗੀਆਂ, ਅਤੇ ਹੁਣ ਇਹ ਰੁਲਣਗੀਆਂ ਕੋਰਟ ਦੇ ਅੰਦਰ, ਤੁਹਾਡੇ ਸਾਹਮਣੇ ਹੀ ਆ ਸਾਥੀਓ। ਬਾਕੀ ਸਾਥੀਓ, ਮੇਰੀ ਇੱਕ ਗੱਲ ਧਿਆਨ ਦੇ ਨਾਲ ਸੁਣ ਲਓ, ਜੋ ਵੀ ਅਸੀਂ ਪਟੀਸ਼ਨ ਵਗੈਰਾ ਦਾਖਲ ਹੋਰ ਵੀ ਕਰਾਂਗੇ ਕੇਸ, ਅਤੇ ਅਲੱਗ ਅਲੱਗ ਕੇਸ ਹੋਰ ਵੀ ਲਗਾਏ ਜਾ ਰਹੇ ਆ ਜਿਹਦੇ ਬਾਰੇ ਮੈਂ ਤੁਹਾਨੂੰ ਜਾਣੂ ਕਰਾਉਣਾ ਚਾਹੁੰਦੀ ਹਾਂ। ਜਿਹੜੇ ਆਂਗਨਵਾੜੀ ਵਰਕਰਸ ਆ ਉਹਨਾਂ ਵੱਲੋਂ ਵੀ ਕੇਸ ਫਾਈਲ ਕੀਤੇ ਗਏ ਆ, ਜਿਹੜੇ ਐਨਟੀਟੀ ਕਰ ਲਈ ਆ ਜਾਂ ਉਹਨਾਂ ਦੇ ਰਿਜ਼ਲਟ ਆ ਚੁੱਕੇ ਆ ਇਗਨੋ ਦੇ, ਉਹਨਾਂ ਨੇ ਵੀ ਜਿਹੜਾ ਉਹਨਾਂ ਵੱਲੋਂ ਵੀ ਇਹਨਾਂ ਵੈਕੈਂਸੀਆਂ ਦੇ ਵਿੱਚ ਮੌਕਾ ਪਾਉਣ ਵਾਸਤੇ ਕੇਸ ਫਾਈਲ ਕਰ ਦਿੱਤੇ ਗਏ ਆ। ਅਤੇ ਇਸ ਭਰਤੀ ਦੇ ਉੱਤੇ ਪਤਾ ਨਹੀਂ ਹੁਣ ਕਿੰਨੇ ਕੁ ਕੇਸ ਲੱਗ ਜਾਣਗੇ ਸਾਡੇ ਤੋਂ ਇਲਾਵਾ, ਅਤੇ ਹੋਰ ਵੀ ਸਾਡੀਆਂ ਟੀਮਾਂ ਬੈਠੀਆਂ ਇਸ ਭਰਤੀ ਦੇ ਉੱਤੇ ਕੇਸ ਲਾਉਣ ਵਾਸਤੇ, ਅਤੇ ਸਰ ਇਹ ਲੱਗ ਜਾਣਗੇ ਕੇਸ, ਇਹ ਕੇਸ ਜਿਹੜੇ ਆ ਪੱਕਾ ਲੱਗਣਗੇ, ਇਹ ਭਰਤੀ ਜਿਹੜੀ ਹੁਣ ਹਾਈ ਕੋਰਟ ਦੇ ਵਿੱਚ ਹੀ ਰੁਲੂਗੀ।